ਛੋਟਾ ਜਿਹਾ ਵਾਕਿਆ। ਹਾਂਜੀ, ਇੱਕ ਬੰਦਾ ਸੀਗਾ ਕੋਈ, ਤੇ ਉਹਨੂੰ ਨਾ ਉਹ ਬਿਮਾਰ ਹੋ ਗਿਆ ਬਹੁਤ ਜ਼ਿਆਦਾ, ਉਹਨੂੰ ਵੈਂਟੀਲੇਟਰ 'ਤੇ ਪਾ ਦਿੱਤਾ ਜੀ। ਕਹਿੰਦੇ ਵੀ ਇਹ ਹੁਣ ਬੰਦਾ ਜੀ ਬਸ ਵੈਂਟੀਲੇਟਰ 'ਤੇ ਆ, ਅਤੇ ਅਸੀਂ ਇਹਨੂੰ ਸਾਹ ਦੇ ਸਕਦੇ 2 ਦਿਨ, ਵੀ ਤੁਸੀਂ ਆਪਣੇ ਰਿਸ਼ਤੇਦਾਰ ਕੇ ਇਹਨੂੰ ਆਪਣੇ ਜਿਹੜੇ ਬਾਹਰ ਉਹਨੂੰ ਸੱਦ ਲਓ, ਵੈਸੇ ਤਾਂ ਬੰਦਾ ਖਤਮ ਹੀ ਆ, ਅਤੇ ਪਰ ਅਸੀਂ ਕੋਸ਼ਿਸ਼ ਕਰਦੇ ਹਾਂ, ਹਜੇ ਉਹ ਤਾਂ ਜੀਂਦਾ ਆ, ਅਤੇ ਅਸੀਂ ਵੈਂਟੀਲੇਟਰ 'ਤੇ ਇਹਨੂੰ ਪਾ ਦਿੱਤਾ ਆ, ਇਹਨੂੰ ਅਸੀਂ ਸਾਹ ਦੇਈ ਜਾਂਦੇ ਹਾਂ, ਆਰਟੀਫਿਸ਼ਲ ਆਕਸੀਜਨ ਮਿਲੀ ਜਾ ਰਹੀ ਹੈ ਵੀ ਉਦੋਂ ਤੱਕ ਆਰਟੀਫਿਸ਼ਲ ਆਕਸੀਜਨ ਕਹਿੰਦੇ ਸੀ ਦੇਈ ਜਾਂਦੇ ਹਾਂ ਵੈਂਟੀਲੇਟਰ 'ਤੇ ਜੀ। ਹਾਂਜੀ ਹਾਂਜੀ ਠੀਕ ਹੈ। ਕਹਿੰਦੇ ਜੀ ਕਿੰਨੇ ਪੈਸੇ ਜੀ 2 ਦਿਨਾਂ ਦੇ? ਜਿੰਨੇ ਵੀ ਉਹਨੇ ਦੱਸੇ, 2 ਲੱਖ 3 ਲੱਖ ਕਹਿਤਾ ਹੋਊਗਾ, ਜਿੰਨੇ ਵੀ ਲੱਗਦੇ ਆਈ ਡੋਂਟ ਨੋ, ਮੈਨੂੰ ਨਹੀਂ ਪਤਾ ਕਿੰਨੇ ਆ, ਅਤੇ ਉਹਨੇ ਜ਼ਿਆਦਾ ਪੈਸੇ ਦੱਸਤੇ ਜੀ। ਅੱਛਾ ਜੀ। ਅਤੇ ਉਹ ਬੰਦਾ ਗਿਆ, ਉਹਨੇ ਮਸੱਲਾ ਵਿਛਾਇਆ, ਮਸੱਲਾ ਵਿਛਾਇਆ, 2 ਰਕਾਤ ਪੜ੍ਹੀਆਂ, ਨਫਲ ਪੜ੍ਹ ਕੇ, ਅਤੇ ਅੱਲਾ ਨਾਲ ਗੱਲਾਂ ਕਰਨ ਲੱਗ ਪਿਆ। ਕਹਿੰਦਾ ਅੱਲਾ, ਉਹਨੂੰ ਰੀਲਾਜ ਹੋਇਆ ਬੰਦੇ ਨੂੰ, ਕਹਿੰਦਾ ਅੱਲਾ ਅਸੀਂ ਤਾਂ ਤੇਰਾ ਐਵੇਂ ਨਹੀਂ ਸ਼ੁਕਰ ਕਰਦੇ ਸੀਗੇ। ਕਹਿੰਦੇ ਵੀ ਇਹਨਾਂ ਨੇ ਨਕਲੀ ਸਾਹ ਦੇਣ ਦੇ ਸਾਨੂੰ 2 ਲੱਖ 3 ਲੱਖ ਰੁਪਈਆ ਦੱਸਦਾ 2 ਦਿਨਾਂ ਦਾ, ਅਤੇ ਅੱਲਾ ਤੂੰ ਸਾਨੂੰ ਕਿੰਨੇ ਚਿਰ ਦਾ ਸਾਹ ਦਿੰਦਾ, ਜੇ ਤੂੰ ਸਾਹ ਲੈਣ 'ਤੇ ਆਗਾ ਤਾਂ ਗਰਜਾਈ ਹੋ ਜਾਵਾਂਗੇ। ਵਾਹ ਜੀ, ਹੈਂ ਵੀ ਜੇ ਤੂੰ ਸਾਡੇ ਤੋਂ ਹਿਸਾਬ ਲੈਣ ਆ ਗਿਆ ਸਾਹਾਂ ਦਾ, ਫਿਰ ਤਾਂ ਸਾਡੇ ਰਹਿਣਾ ਹੀ ਬੱਲੇ ਕੱਖ ਨੀਗਾ ਜੀ। ਯਾਰ ਆਪਾਂ ਉਹਦੀਆਂ ਨਿਯਮਤਾਂ ਨੂੰ ਦੇਖਦੇ ਨੀ, ਆਪਾਂ ਕਹਿ ਦਿੰਦੇ ਵੀ ਯਾਰ ਲੈ ਉਹਦੇ ਕੋਲ ਆਹ ਗੱਡੀ ਆ, ਸਾਡੇ ਕੋਲ ਆਹ ਗੱਡੀ ਕਿਉਂ ਨਹੀਂ ਹੈਗੀ, ਯਾਰ ਉਹਦੇ ਕੋਲ ਆਹ ਚੀਜ਼ ਹੈਗੀ ਆ, ਸਾਡੇ ਕੋਲ ਆਹ ਚੀਜ਼ ਕਿਉਂ, ਉਹ ਯਾਰ ਤੁਸੀਂ ਇਹ ਦੇਖੋ ਲੰਗੜੇ ਨੂੰ ਪੁੱਛ ਕੇ ਦੇਖੋ, ਹੁਣ ਤੁਸੀਂ ਸਹੀ ਆ ਜੀ, ਲੰਗੜੇ ਨੂੰ ਪੁੱਛ ਕੇ ਦੇਖ ਲਓ ਯਾਰ ਵੀ ਮੈਂ ਮੇਰੇ ਕੋਲ ਆਹ ਹੈ ਨਹੀਂ। ਉਹਨੇ ਕਹਿਣਾ ਯਾਰ ਮੇਰੇ ਤੋਂ ਤਾਂ ਲੱਤ ਹੈ ਨਹੀਂ, ਤੇਰੇ ਤੋਂ ਤਾਂ ਲੱਤ ਵੀ ਹੈਗੀ, ਅੰਨੇ ਨੂੰ ਪੁੱਛ ਕੇ ਦੇਖ ਲਓ, ਆਪਾਂ ਰੰਗ ਬਿਰੰਗੀ ਦੁਨੀਆ ਦੇਖਦੇ ਹਾਂ, ਆਪਾਂ ਨੂੰ ਕੱਪੜਿਆਂ ਦਾ ਪਤਾ ਲੱਗਦਾ ਕਿਹੜੇ ਕੱਪੜੇ ਪਾਏ ਆ, ਅੰਨੇ ਨੂੰ ਪੁੱਛ ਕੇ ਦੇਖੋ ਵੀ ਯਾਰ ਕਿਸ ਹਿਸਾਬ ਨਾਲ ਦੁਨੀਆ ਕਿੱਦਾਂ ਦੀ ਦੀਦੀ ਆ। ਉਹਨੇ ਕਹਿਣਾ ਯਾਰ ਮੇਰੇ ਤੋਂ ਸਾਰਾ ਪੈਸਾ ਲੈ ਲਓ, ਪਰ ਮੈਨੂੰ ਇੱਕ ਵਾਰੀ ਦੁਨੀਆ ਦੇਖ ਲੈ। ਕਿਆ ਬਾਤ ਹੈ, ਹੈ ਵਾਹ। ਉਹ ਯਾਰ ਕਿੱਦਾਂ ਆਪਾਂ ਕਿਉਂ ਨਹੀਂ ਸ਼ੁਕਰ ਕਰਦੇ ਯਾਰ ਅੱਲਾ ਦਾ,